ਅਸਲਾਮ ਅਲੈਕੁਮ ਖਵਤੀ ਨਜ਼ਰਤ ਮੈਂ ਤੁਹਾਡਾ ਹੋਸਟ ਲਿਆ ਕਸਨ ਲਗਾਰੀ ਬਲੋਚ ਤੇ ਇਸ ਟਾਈਮ ਅਸਾਂ ਸ਼ੇਖ ਯੂਸਫ ਅੱਡੇ ਤੇ ਪਹੁੰਚ ਚੁੱਕੇ ਹਾਂ ਤੇ ਤੁਹਾਨੂੰ ਮਜ਼ੀਦ ਦਰਬਾਰ ਤੇ ਨਿਸੂ ਸ਼ੇਖ ਸ਼ੇਖ ਦੀ ਜਾਤ ਤੇ ਉੱਥੇ ਮਜ਼ੀਦ ਗਾਲ ਮਹੌਰ ਕਰੇ ਸੁਣ ਤੇ ਤੁਹਾਨੂੰ ਮਨਜ਼ਰ ਦਿਖਾ ਸੁ ਅਸਾਂ ਜੀ ਮੇ ਤੁਹਾਨੂੰ ਅਸਾਂ ਅੱਡੇ ਕੰਡੀ ਖੈ ਹੁਣ ਅਸਾਂ ਸ਼ੇਖ ਦੀ ਦਰਬਾਰ ਤੇ ਪਹੁੰਚ ਚੁੱਕੇ ਹਾਂ ਤੇ ਮਜ਼ੀਦ ਤੁਹਾਨੂੰ ਦਰਬਾਰ ਦੇ ਅੰਦਰ ਵਾਂਝ ਕੇ ਜ਼ਿਆਰਤ ਹੀ ਕਰਵਾਣੀ ਹੈ ਤੇ ਉੱਥੇ ਗਾਲ ਮਹੌਰ ਹੀ ਕਰਵਾਣੀ ਹੈ ਤੁਹਾਡੀ ये दरबार के अंदर सीन है मेरे कैमरा मैन अफान बलोच लिखे से नाहों तक अस गुम्मत रिखेंदे पैसे एक गुम्मत की बनावट है तो बहुत खूबसूरत कम किया खुड़ता है मुश्किल काम है तो खूबसूरत काम किया खुड़ता है इतना आ के एक रूहानी ऐसी कैफियत तारी पी बड़ी पुरसकून मैं तो अल्फाज बयान ना कर सकता पिया सुकून जहा आ पि है क्योंकि अल्लाह पाक के वली है

ਰੋਹਾਨੀ سلسلے ਦੇ ਨਾਲ ਪਹੁੰਚੇ ਨਾ ਰਿਆਸਤ ਭਾਵਲਪੁਰ ਸਮੋਸਠਾ ਮਾਕਮੁਦੀਨ ਸਿਰਾਨੀ ਰਹਿਮਤੁਲਾ ਅਲੈ ਦੇ ਖਲੀਫਾ ਰਹਿਨ ਖਲੀਫਾ ਏ ਅਵਲ ਤੇ ਇਹਨਾਂ ਦਾ ਸਫਰ ਜ਼ਿਆਦਾਤਰ ਰਿਆਸਤ ਭਾਵਲਪੁਰ ਕੋਣ ਘਿੰਨ ਕੇ ਤੇ ਕਰਾਚੀ ਤੱਕ ਤਾ ਹੁੰਦਾ ਆਈ ਜਿਆਂ ਦੇ ਵਿੱਚ ਆਪਣੇ ਬਜ਼ੁਰਗ ਦੀ ਖਿਦਮਤ ਵਿੱਚ ਪੇਸ਼ ਪੇਸ਼ ਰਹਨੇ ਹਨ ਰਸਤੇ ਦੇ ਵਿੱਚ ਇਹਨਾਂ ਕੋ ਇੱਕ ਫੇਰੇ ਕੁਚੋਟ ਲੱਗੀ ਜ਼ਖਮੀ ਥੀ ਗਏ ਤਾਂ ਜਨਾਬ ਇਹਨਾਂ ਕੋ ਆਪਣੇ ਬਜ਼ੁਰਗਾ ਨੇ ਆਖਾ ਬੇ ਜੁੱਤੀ ਸਾਰੀ ਆਪਣੇ ਪੈਰੇ ਪਾਖੀਨੋ ਤੇ ਅਸਾਂ ਅਗੂ ਵੈਨੇ ਤੂੰ ਸਾ ਪਿੱਛੋ ਆਓ ਤਾਂ ਕੁਛ ਫਾਸਲੇ ਦੇ ਬਾਅਦ ਉਹਨਾਂ ਨੇ ਡਿਠਾ ਜੋ ਭਈ ਇਹ ਤਾਂ ਉਹ ਹੀ ਪੈਰ ਨੰਗੇ ਆਂਦੇ ਪੈਨ ਤਾਂ ਉਹਨਾਂ ਨੇ ਪੁੱਛਾ ਜੋ ਭਈ ਕੇ ਸਿਲਸਿਲੇ ਜੁੱਤੀ ਕਿਥਈ ਤੇ ਇਹਨਾਂ ਨੇ ਆਪਣੇ ਪਟਕੇ ਚ ਜੁੱਤੀ ਕੱਟ ਕੇ ਦਿੱਤੀ ਤਾਂ ਉਹਨਾਂ ਨੇ ਆਖਿਆ ਬਸ ਤੇਰਾ ਇਥੇ ਸਾਰੇ ਸ਼ੀਆ ਪੂਰੇ ਹੋ ਗਏ ਤੂੰ ਪਿੱਛੋ ਤੇ ਮੰਜ ਇਹ ਜੁੱਤੀ ਲੋਕਾਂ ਨੂੰ ਮਰੈਂਦਾ ਵੈਸੇ ਤੇ ਲੋਕ ਸ਼ਫਾ ਪੈਂਦੇ ਵੈਸਨ ਇਹ ਜੁੱਤੀ ਕਹ ਇਨਸਾਨ ਕੋ ਨਹੀਂ ਮਾਰੀ ਵੈਂਦੀ ਜਿਹੜੇ ਉਹਦੇ ਉੱਤੇ ਕੋਈ ਬਲਾਈਆਂ ਆਉਂਦੇ ਨੇ ਜਾਂ ਕੋਈ ਗੰਦੇ ਸ਼ੀਆਂ ਨਾਲ ਚੰਬੜੀਆਂ ਆਉਂਦੇ ਨੇ ਉਹਨੂੰ ਮਾਰੀ ਵੈਂਦੀ ਤੇ ਅੱਲਾਹ ਦੇ ਕਰਮ ਨਾਲ ਤੇ ਇਹਨਾਂ ਦੀ ਬਜ਼ੁਰਗੀ ਨਾਲ ਉਹ ਪਰਤੇ ਥੀਂਦੀ ਏ ਅੱਜ ਵੀ ਇਹ ਦਰਬਾਰ ਦੇ ਉੱਤੇ ਉਹ ਜੁੱਤੀ ਮਾਰੀ ਵੈਂਦੀ ਪਈ ਏ ਤੇ ਹੁਣ ਵੀ ਜਾਰੀ ਏ ਸਾਰੀ ਇਹਨਾਂ ਦਾ ਫੈਜ਼ ਤੇ ਅਸਾਂ ਉਹਨਾਂ ਦੀ 6ਵੀਂ ਨਸਲ ਚ ਹਾਂ ਤੇ ਇਹ ਸਾ ਕੋ ਸਮਝ ਨਹੀਂ ਆਂਦੀ ਭਈ ਇਹ ਦਾ ਓਪਨ ਕਿਉਂ ਜਗ੍ਹਾ ਇੱਥੇ ਤੇ ਬਾਰਿਸ਼ ਹੀ ਆਂਦੀ ਹੋਸੀ ਇੰਦੇ ਕੋਈ ਸਾ ਕੋ ਰਾਜ਼ ਦੱਸੋ ਜੀ ਜੀ ਇਹ ਇਹਨਾਂ ਨੇ ਆਪ ਹੀ ਮਨਾ ਕੀਤਾ ਹੈ ਜੋ ਬਹਿਨੇ ਉੱਤੇ ਕੋਈ ਇਹ ਜਿਹੀ ਕਮਰੇ ਦੇ ਵਿੱਚ ਬੰਦ ਨਾ ਕੀਤਾ ਹੋਣੇ ਬਲਕਿ ਮੇਰਾ ਉਤਲਾ ਇਲਾਕਾ ਖੁੱਲਾ ਛੋੜਾ ਵਣੇ ਤੇ ਨਾਲ ਉਹਦੇ ਵਿੱਚ ਇਹ ਵੀ ਹੈ ਜੋ ਨਕਸ਼ਬੰਦੀ ਸਿਲਸਿਲੇ ਦੇ ਵਿੱਚ ਇਹ ਹੈ ਜੋ ਭਈ ਉਹਨਾਂ ਦੇ ਦਰਬਾਰਾਂ ਹਮੇਸ਼ਾ ਹੀ ਖੁੱਲੀਆਂ ਹੋਣੇ ਉਹ ਕੋ ਬੰਦ ਨਾ ਹੋਵੇ ਕਿਨੋ ठीकु आहे उन खां अलावा असां तारीख़ पढ़ंदा आहियूं की ॾुजी जहाज ते मुंतकिल्या हक़ीक़त जय इतां पहले असां इते नाल से डेरे तूं मशरक शुमाल पासो मौज़ा धप चा बॻ खे दपा वारी वस्ती बि हूंदी आखी वेंदी आहे दफ़न आहिनि त दफ़न जे बाद पची साल बाद इहे औलाद को मिलंदा आहिनि जो भई चूंके दरिया जे किनारे इंसानी आबादी हमेशह ई पाणी जो रुख करणी नाल रहंदी त उन्हनि इहे आखा जे भई तुसां मै इ कढो त उहो बज़ुर्ग उन उथो वखदे उल माहवां तो गै उन लाहिया इन को उथ कढे इन दफ़न किते उहो वे सारी राजधानी जहिड़ी ही सारी हिंदू जी आई सारा इलाक़ा त हिंदूअ नगई सेठ बगई न इहो बाक़ाइदा तौर ते इलाक़ा सारे लका को वख किता त अॼु नु दफ़न ई नथा तो अगू तो ही आखे वह पैया सारे बुजुर्गों की यह रिवायती चाहता पे भाई इतू ही एक दफा असा नकल मकानी करे तो मगरब की पास सा रुख हो सी तो महकू व्ठा वैसी तो वत पानी आसी सी हूँ इन्हें कितने तक असंक हकीकत समझते हैं लोग समझन या ना समझन लेकिन असगी दू हज़ार डे सैलाब जो पानी आ सद मुमकिन है ना मुमकिन नहींख अलवैने को आम तौर से शेख ਇਸ ਕਣ ਅਸਤ ਤਾਰੀਖੀ ਤੁਹਾਡੇ ਕੋਈ ਪਹਿਲੇ ਜੁਮਲੇ ਕੋਈ ਬਾਇ ਪੜ ਦੇ ਪਏ ਇਹ ਸ਼ੇਖ ਸਾਹ ਕੋ ਕਦਮ ਸ਼ੇਖ ਸਾਹਿਬ ਇਹਨਾਂ ਦਾ ਮਕਾਮ ਹੈ ਸ਼ੇਖੁਲ ਮਸ਼ਾਇਖ ਜਿਨ ਕੋ ਆਖਵਾਇਦਾ ਹੈ ਆ ਸਾਡਾ ਤਾਲੁਕ ਚੁ ਕਿ ਕਰੋੜਾ ਨਾਲ ਨਾਲ ਤੇ ਕਰੋੜਾ ਨਾਲ ਦਾ ਤਾਲੁਕ ਡਾਇਰੈਕਟ ਭੌਦੀਨ ਜ਼ਕਰੀਆ ਰਹਿਮਤੁਲਾਹ আলাইਹ ਦੇ ਨਾਲ ਹੈ ਤੇ ਉਹਨਾਂ ਦੀ ਔਲਾਦ ਹੀ ਚੁ ਇਹ ਕੁਰੇਸ਼ੀ ਮੁਹੰਮਦ ਯੂਸਫ ਸ਼ਾਹਾਸ਼ਮੀਨ ਤੇ ਅਸਾਂ ਹਾਸ਼ਮੀ نسل ਨਾਲ ਹੀ ਤਾਲੁਕ ਰੱਖੇ ਨੇ ਇਹ ਸ਼ੇਖ ਇਹਨਾਂ ਦਾ ਇੱਕ ਮਕਾਮ ਹੈ ਜੀ ਮਕਾਮ ਹੈ

ਸਿਰਫ ਇਹ ਹੀ ਦਫਾਨ ਤਾਂ ਇਹ ਉਹਦੇ ਨਾਲ ਮਨਸੂਖ ਕਰ ਦਿੱਤਾ ਗਿਆ ਇਹ ਵੀ ਇਹਨਾਂ ਦੀ ਇੱਕ ਕਰਾਮਾਤ ਚ ਆਉਂਦੀ ਹੈ ਜੋ ਥੋੜੀ ਜਿਆਦਾ ਦੇ ਬਾਵਜੂਦ ਇੱਕ ਅਦਾ ਸ਼ੇ ਯੂਸੇਫ ਇਹਨਾਂ ਦੇ ਨਾਂ ਤੇ ਮਨਸੂਖ ਜੀ ਬੜੀ ਮਰੀ ਗਾਲੇ ਤੇ ਇਸ ਟਾਈਮ ਤੁਸੀਂ ਜਿਹੜਾ ਇਹ ਤੁਹਾਡਾ ਗੱਦੀ ਨਸ਼ੀਨ ਜਾਂ ਉਹ ਕੀਵੇਂ سلسلہ ਉਹ سلسلہ ਸਾਰਾ ਸਾਰੀ ਵਿੱਚ ਜੋ ਸਾਰੇ ਆਪਾ ਦੀ ਤਕਸੀਮਤ ਹੈ ਵੈਨ ਪਹਿਲੇ ਇਵੇਂ ਨਾ ਹੁੰਦੀਆਂ ਬਜ਼ੁਰਗਾਂ ਦੇ ਵੇਲੇ ਜਾਂ ਇਥੋਂ ਪਹਿਲੇ ਜਿੰਨੀ ਵੀ ਗੱਦੀਆਂ ਦਾ ਸਿਸੜਾ ਚੱਲਦਾ ਪਏ ਹਰ ਵੱਡੇ ਬੇਟੇ ਦਾ ਵੱਡਾ ਪੁੱਤਰੀ ਗੱਦੀ ਦਾ ਵਾਰਿਸ ਹੁੰਦਾ ਹੈ चूंकि सादे आप थी गए जैंती वजह को ये व्य आठ हिस्सा तकसीम थे ओर असा छीवी ऊन नख्तलिफ़ टाइम के मुख्तलिफ़ दिवारा के मुख्तलिफ लोग बैठे हों और उन सारी औलादि तो माशा इस टाइम शुक्र अला पाकदा इतफाक है सलूक है ये जितना भी कब्रिस्तान लेते पे इन्हों का वक्फ थिया होया है यहाने मैदान ही सारा मुश्तरक वक्फ थिया होया है इन्ह के जितने भी बाक़ी निज़ाम दरबार देन और भी असा मुशतर तौर पर खु, खु, खुशहसुबली नाल असा उनको हल करें माशा मजीद कुछ बहरदा कब्रिस्तान ही दिखाई अच्छा ये सबको ਕਬਰਾਂ ਮੁਬਾਰਕ ਖਾਨ ਜਿੱਦਿਆਂ ਪਿਆਨੇ ਇੱਕ ਇਨੀਆਂ ਕੋਈ ਇਲਾਕੇ ਲੰਦੇ ਕਿ ਕਿਵੇਂ ਥੋੜੀ ਆਪਣੀ ਜਾਦੀ ਚੁਈ ਜਾਂ ਇਹ ਪੂਰਾ ਕਬਰਿਸਤਾਨ ਹੈ तकरीबन ਕੋਈ 5 6 ਏਕੜ ਦੇ ਵਿੱਚ ਹੈ ਤੇ ਇਹ ਜਿਹੜਾ ਆਇਆ ਤਾਂ ਤੁਸੀਂ ਰਹੇਦੇ ਪਵੇ ਚਾਰ ਦੀਵਾਰੀ ਦੇ ਵਿੱਚ ਇਹ ਸਾਰੇ ਕਬਰਾਂ ਇਹਨਾਂ ਦੀ ਆਪਣੀ ਔਲਾਦ ਹੀ ਚੁਈ ਇਹ ਚੋਂ ਕਿ ਅਸਾਂ 6 ਨਸਲ ਚੁਏ ਇਹ 6 ਨਸਲਾਂ ਦੇ ਇਥਾਂ ਕਬਰਾਂ 5 ਨਸਲਾਂ ਦੇ ਮੌਜੂਦ ਨੇ ਤੇ 6 ਵੀ ਪਿੱਛੇ ਤਿਆਰ ਖੜੀਏ ਤਾਂ ਬਸ ਇਹ ਲੋਕਾਂ ਦੇ ਨਾਲ ਉਹਨਾਂ ਨੇ ਬਹੁ ਹੀ ਬਿਹਤਰ ਕੰਮ ਕਰਕੇ ਗਿਆ ਜੋ ਇਹ ਬਹੁਤ ਸਾਰਾ ਕਬਰਿਸਤਾਨ ਇੱਕ ਇਲਾਕਾ ਉਹਨਾਂ ਕੋ ਵਕਫ ਕਰ ਦਿੱਤਾ ਨੇ ਅੱਛਾ ਇੰਜੇ ਮੇਨ ਸਿਟੀ ਦੇ ਮੇਨ ਜਹਾ ਦੇ ਵਿੱਚ ਕਾਫੀ ਸਾਰਾ ਰਕਬਾ ਇਹ ਜਿਹੜੀ ਦੀਵਾਰ ਮੇਰੇ ਕੈਮਰਾਮੈਨ ਖਿਆਨੇ ਪੈ ਇੰਦੇ ਪਰੋਂ ਸਾਰਾ ਹਿੱਸਾ ਇੰਦੇ ਪਰਲੇ ਪਾਸੋਂ ਇਹ ਸਾਰਾ ਹਿੱਸਾ ਪਿਛੋਈ ਮੈਂਦਾ ਪੈ ਚਾਰ ਦੀਵਾਰੀ ਚੋਂ ਕਿ ਇਹਨਾਂ ਦੇ ਆਪਣੀ ਔਲਾਦ ਦੀ ਪਈ ਹੈ ਬਾਕੀ ਜਿਹੜੇ ਬਾਹਰ ਵਾਲਾ ਕਬਰਿਸਤਾਨ ਹੈ ਉਹ ਸਾਰਾ ਹੀ ਲੋਕਾਂ ਦਾ ਹੈ ਇਹ ਨਾ ਸਕੂਲ ਹੈ ਇਹ ਵੀ ਕਬਰਿਸਤਾਨ ਦੇ ਵਿੱਚ ਹੈ ਚੋਂ ਕਿ ਸਾਰੇ ਬਜ਼ੁਰਗਾਂ ਨੇ ਵਾਤ ਇਤفاق سلوਕ ਦੇ ਨਾਲ ਇੱਥਾ ਚੋਂ ਕਿ ਤਾਲੀਮੀ ਨਿਜ਼ਾਮ ਨਹੀਂ ਚੱਲਦਾ ਪਿਆ ਤਾਂ ਉਹਨਾਂ ਨੇ ਇੱਕ ਵਕਫ ਹੋਇਆ ਸਕੂਲ ਦੇ ਕੀਤੇ ਇਹ ਕੁਝ ਹਿੱਸਾ ਹੁੰਦਾ ਸਕੂਲ ਚ ਕੱਟ ਕੇ ਤੱਕ ਗਿਆ ਬਾਕੀ ਤੁਸੀਂ ਬਾਹਰੋਂ ਅਗਰ ਤੁਹਾਡਾ ਮਨਿਆ ਥੀਵੇ ਤਾਂ ਬਹੁਤ ਵੱਡਾ ਹੀ ਕਬਰਿਸਤਾਨ ਹੈ ਜਿਹੜਾ ਹਾਲੇ ਤੱਕ ਲੋਕਾਂ ਉਥਾ ਦਫਨ ਥਿੰਦੇ ਪੈਂ ਤੇ ਲੋਕਾਂ ਕੀਤੇ ਵਕਫ ਕੀਤਾ ਗਿਆ ਮਾਸ਼ਾਅੱਲਾ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਸਵਾਬ ਕਮਾਇਨੇ ਪੈਣ ਜੀ ਠੀਕ ਖੁਰੀਸ਼ੀ ਸਾਹਿਬ ਹੁੰਦੇ ਘੋੜੇ ਕੁਝ ਤੁਸੀਂ ਇੱਕ ਮਾਸ਼ਾਅੱਲਾ ਰਿੰਜਿਮ ਨਾਇਸ ਤੇ ਬੜਾ ਪਿਆਰਾ ਜਿਹਾ ਘੋੜਾ ਹੈ ਤੇ ਇਹ ਕਿਉਂਕਿ ਉਸ ਸਵਾਰੀ ਜੇ ਇੰਤਸਾਰੇ ਸੋਹਣੇ ਨਵੀਂ ਵੀ ਸਵਾਰੀ ਕੀਤੀ ਹੈ ਅਸਹਾਬਾਈ ਕੀਤੀ ਹੈ ਅਲਵੈਤੀ ਕੀਤੀ ਹੈ ਤੇ ਇਹ ਬਰਕਤ ਦੀ ਸ਼ਾਇ ਇਹ ਹੋਣੀ ਚਾਹੀਦੀ ਹੈ ਇਸ ਟਾਈਮ ਅਸਾਂ ਦਰਬਾਰ ਦੇ ਇੱਕ ਦੂਜੇ ਹਿੱਸੇ ਪਹੁੰਚ ਚੁੱਕੇ ਹਾਂ ਜਿੱਥਾਂ ਹਥਵਾਕੂ ਉਹ ਮਜ਼ਾਰ ਮੁਬਾਰਕ ਲਿਖਾਈ ਨੇ ਜਿਹੜੇ ਪੈਦਾਸ਼ੀ ਹਾਫਿਜ਼ ਹਨ ਤੇ ਹਾਫਿਜ਼ ਡਾਡੇ ਦੇ ਨਾਂ ਤੇ ਮਸ਼ਹੂਰ ਨੇ ਉਹ ਵੀ ਲਿਖਾਈ ਨੇ ਤੇ ਬੀ ਇੱਕ ਤਾਂ ਕਾਕਾ ਫਕੀਰ ਦੀ ਮਜ਼ਾਰ ਲਿਖੈ ਸੂ ਜਿਹੜੇ ਵਾਕਿਆਤ ਕਾਫੀ ਸਾਰੇ ਲੋਕਾਂ ਦੇ ਵਿੱਚ ਹਨ ਪਏ ਤੇ ਉਹ ਕੱਪੇ ਟੁੱਕੇ ਲੋਕਾਂ ਨੂੰ ਦਿਸਦੇ ਆਂ ਜਿਵੇਂ ਉਹਨਾਂ ਦੀ ਗਰਦਾਨੀ ਕੋਈ ਨਹੀਂ ਹੁੰਦੀ ਜੰਗ ਹੈ ਕੋਈ ਨਹੀਂ ਹੁੰਦੀ ਲੇਕਿਨ ਜੇ ਉਸ ਨੂੰ ਮੰਨ ਕੇ ਦੇ ਦੇ ਆਂ ਆਪਣੀ ਝਾਤ ਤੇ ਉਹ ਠੀਕ ਬੈਠੇ ਹੁੰਦੇ ਲੋਕ ਸੋਆਂ ਕਸਮ ਚਾਹਣ ਜਿਵੇਂ ਮੈਂ ਆਪਣੀ ਅੱਖਾਂ ਨਾਲ ਲਿਖਾਇਆ ਉਸ ਨੂੰ ਕੱਪੇ ਤੇ ਸਰ ਜੀ ਇਹ ਕਿਵੇਂ ਹਾਫਿਜ਼ ਸਾਹਿਬ ਦੀ ਜਿਹੜੀ ਕਹਾਣੀ ਹੈ ਇਹ ਸਾਕੂ ਤੇ ਕੋਈ ਤਾਰੀਖ ਵਿੱਚ ਪਤਾ ਲੱਗਦਾ ਪਿਆ ਜੀ ਬਈ ਇਹ ਪਦੇਸ਼ੀ ਹਾਫਿਜ਼ ਹਨ ਕਿਵੇਂ ਹੈ ਹਕੀਕਤ ਹੈ ਜੀ ਅਜੇ ਇਹ ਸਾਰੇ ਬਜ਼ੁਰਗਾਂ ਦੇ ਚਾਚੇ ਹਨ ਸ਼ੇਖ ਮੁਹੰਮਦ ਯੂਸਫ ਸ਼ਾਹ ਦੇ ਉਮਰ ਚ ਉਹਨਾਂ ਕੋਲ ਛੋਟੇ ਹਨ ਤਾਂ ਉਹਨਾਂ ਦੀ ਵਾਲਦਾ ਚੋਂਕਿ ਕੁਰਾਨ ਪੜ੍ਹਦੇ ਹਨ ਤਾਂ ਮੁਤੱਦਦ ਵਾਰੀ ਵਿੱਚ ਥੀ ਹੈ ਜੋ ਉਹਨਾਂ ਕੋ ਆਵਾਜ਼ ਆਂਦੀ ਆਈ ਤਾਂ ਉਹ ਇਹ ਸਮਝਦੇ ਹਨ ਜੋ ਇਹ ਜਿਹੜੀ ਆਵਾਜ਼ ਮੈਂ ਕੋਾਂ ਦੀ ਪਈ ਗਲਤੀ ਥੀ ਇਹ ਲੋਕ ਕਿਤੇ ਗਲਤ ਤਜਦੀਦ ਨਾਲ ਨਨ ਪੜ ਸਕਦੇ ਤਾਂ ਉਹ ਥੋੜੀ ਮੋ ਗਲਤੀ ਆਂਦੀ ਹੈ ਤੇ ਇਹ ਉਹਨਾਂ ਦੀ ਰਹਿਨਮਾਈ ਕਰਨੇ ਹਨ ਉਹਨਾਂ ਉਹਨਾਂ ਦੀ ਤਸਦੀਕ ਕਰਨ ਤਾਂ ਇਥੋਂ ਕੋਲ ਉਹ ਮਸ਼ਹੂਰ ਥੀ ਗਏ ਹਨ ਹਾਫਿਜ਼ ਸਾਬਣੋ ਪੈਦੇਸ਼ੀ ਹਾਫਿਜ਼ ਉਤ ਬਾਅਦ ਉਹਨਾਂ ਨੇ ਥੋੜੀ ਬਹੁਤ تعلیم ਹਾਸਲ ਕੀਤੀ ਲੇਕਿਨ 5 6 ਸਾਲਾਂ ਦੀ ਉਮਰ 'ਚ ਉਹ ਹਾਫਿਜ਼ ਬਣ ਚੁੱਕੇ ਹਨ ਮਾਸ਼ਾਅੱਲਾ ਤੇ ਇਹ ਨਾਲ ਲਈ ਇੱਕ ਹੈ ਜੀ ਇਹ ਸਾਰੇ ਚਾਚੇ ਜੀ ਕੁਰੀਸ਼ ਮਮਦ ਅਬਾਦ ਸਾਹਿਬ ਸੋਸ਼ਲ ਵੈਲਫੇਅਰ ਅਫਸਰ ਹਨ ਤੇ ਇਹਨਾਂ ਦੀ ਖੁਆਇਸ਼ ਹੈ ਬੈਸਾਕੂ ਉਹਨਾਂ ਉਹ ਡਾਰੇ ਦੇ ਨਾਲ ਦਫਨ ਨਕੀ ਤਵੰਗੇ ਸਾਕੂ ਡਾਰੇ ਹਾਫਿਜ਼ ਨਾਲ ਦਫਨ ਕੀਤਾ ਵੰਗੇ ਤੇ ਚੰਦ ਸਾਲ ਥੈਨ ਵਤਿਨ ਦੀ ਖੁਆਇਸ਼ ਦੇ ਮੁਤਾਬਕ ਹੀ ਨਾ ਕੀਤਾ ਦਫਨ ਕੀਤਾ ਗਿਆ ਤੇ ਸਾਕੂ ਉਹ ਦੂਜੀ ਕਬਰ ਕਿਸ ਕਾਕਾ ਮੇਰੇ ਕੈਮਰਾਮੈਨ ਕਬਰ ਨਹੀਂ ਪੈ ਇਹ ਇਹਨਾਂ ਦੇ ਬਾਰੇ ਤਾਰੀਖ ਇਹ ਕਾਕਾ ਫਕੀਰ ਹੈ ਸਈ ਇਹ ਕੋਈ ਅੱਜ ਕੋਲੋਂ 60 70 ਸਾਲ ਪਹਿਲੇ ਇੱਥੇ ਆਏ ਹਨ ਜਿਹੜੇ ਮਜਜ਼ੂਬਨ ਯਾਨੀ ਹਿਕ ਚੋਲੇ ਫਿਰਦੇ ਹਾਂ ਤੇ ਜ਼ਬਾਨ ਇਹਨਾਂ ਦੀ ਹਿੰਦੀ ਆਈ ਇਹ ਅੰਦਰ ਨਨਵੜ ਦੇ ते भॼंदा आहिनि इन को ॿई ॿिए जहा ते आॻंदा आहिनि लोग घिन वेंदा आहिनि या छोड़ वेंदा आहिनि लेकिन इन्हनि मसख़नि इहा आई इहा रूहानी उनजो हिसाब आहे जे कुझु आहे हर शइ कोन मुबरा आहिनि साईं इन को खावण पीवणु समणु उठणु सर्दी गर्मी कंहिं शइ त होश न ई हूंदा त लोगाने साॼे ऊं ज़माने ते लोगां रिवायत आंदी पई आहे जीअं की ॿ दफ़ा उन कपिड़ा हुया धाड़ ਇੱਕ ਡਿਠਾ ਗਿਆ ਲੇਕਿਨ ਵਾਜੇ ਲੋ ਡਰ ਕੇ ਘਰ ਤੋਂ ਗਏ ਤੇ ਬਿਨਾ ਵਰਕਾਂ ਕੋ ਨਾਲ ਘੇਨ ਕੇ ਆ ਤਾਂ ਉਹਨਾਂ ਕੋ ਸਾਲਮ ਪਤਾ ਗਿਆ ਤੇ ਇਹਨਾਂ ਦੀ ਮਜਬੂਬੀਅਤ ਦੇ ਵਿੱਚ ਵੀ ਮਤਲਬ ਆਧਨ ਬਜ਼ੁਰਗ ਜੋ ਬੇ ਇੱਕ ਮਜਬੂਬ ਆਦਮੀ ਹਨ ਤੇ ਸਿਰਫ ਦਾਰੇ ਦੀ ਖਿਦਮਤ ਵਾਸਤੇ ਤਾਂ ਨੇ ਦਰਬਾਰ ਦੇ ਅੰਦਰ ਨਨਵੜਦੇ ਬਾਹਰੋਂ ਖੜੇ ਰਹਿੰਦੇ ਸਾਰੀ ਦੀਵਾਰ ਰਾਤ ਦੀ ਖੜੇ ਹੁੰਦੇ ਕੋਈ ਖਾਣ ਪੀਣ ਕਸ਼ ਦਾ ਹੋਸ਼ ਨਹੀਂ ਹੁੰਦਾ ਮਾਸ਼ਾਅੱਲਾ ਆ ਤੁਹਾਨੂੰ ਯਕੀਨਨ ਇਹ ਵੀਡੀਓ ਪਸੰਦਾ ਸੀ ਤੇ ਸਕੂਸ਼ੇ ਰਿਕਰੇ ਆ ਦਿਖਾਉਣ ਦਾ ਮਕਸਦ ਇਹ ਹੈ ਕਿ ਸਾ ਕਰਨ ਜਿਹੜੇ ਬਹਿਰ ਹਨ ਉਹ ਕੈਨੇਡਾ ਚ ਸਾਰੇ ਬੰਦੇ ਸਾਰੇ ਮੈਸੇਜ ਕੀਤੇ ਇਵੇਂ ਬਿਨਾਂ ਮੁਲਕਾਂ ਚ ਜਿਉਂ ਬਿਆ ਅਸਾਂ ਡੇਰੇ ਕਨ ਬਹੁਤ ਕਾਫੀ ਦੂਰ ਨੇ ਚੁਕੇ ਆਂ ਤੇ ਸਾ ਕੋ ਉਥਾ ਸ਼ੇਖ ਯੂਸੇਫ ਦਾ ਅਦਾ ਦਰਬਾਰ ਉਹ ਦਿਖਾਇਆ ਬਣੇ ਤੇ ਅੱਜ ਸੇ ਉਹਨਾਂ ਦੀ ਡਿਮਾਂਡ ਤੇ ਆਏ ਹੈ ਇਹ ਨੇਕ ਲੋਗਨ ਅੱਲਾ ਦੇ ਵਲੀਨ ਦਫਾਨੀ ਠੀਕ ਹੈ ਆਪਣੇ ਆਪਣੇ ਸੋਚਾਂ ਹਰ ਕੈਨ ਯਕੀਨ ਕਿ ਕਹਿੰਦੇ ਜੇ ਸੋਚੇ ਸੋਚ ਤੇ ਕੋਈ ਪਾਬੰਦੀ ਨਹੀਂ ਲਾ ਸਕਦਾ ਲੇਕਿਨ ਇਹ ਨੇਕ ਲੋਗਨ ਇਥਾਂ ਆਉਣ ਵਾਲੇ ਲੋਕ ਸਾਰੇ ਨੇਕ ਨਹੀਂ ਥੀ ਸਕਦੇ ਸ਼ਰਕ ਬਿਦਾਤੀ ਨਹੀਂ ਹੋਣੀ ਚਾਹੀਦੀ ਉਹ ਵੀ ਅਸਾਂ ਮਸਲਾ ਹੈ ਕਿ ਇਹ ਲੋਕ ਨੇਕ ਲੋਗ ਪੈਨ ਇਨ੍ਹਾਂ ਦੇ ਜੀਮੇ ਕਾ ਗ੍ਰੰਤਨ ਇਖਨ ਦੇ ਪੈਨ ਦੇ ਸੈਂਟਲੀ ਪੈਨ ਤੇ ਵਾਕਈ ਤਾਂ ਆ ਕੇ ਜਿਹੜੇ ਇੱਕ ਸਕੂ ਸਕੂਨ ਮਿਲਿਆ ਤਾਂ ਉਹ ਇਨਾਂ ਦੀ ਵਾਕਈ ਅੰਦਰ ਕੋਈ ਐਸੀ ਚੀਜ਼ ਹੈ ਕਿ ਹਕੀਕਤਾਂ ਮੈਂ ਮੇਰੇ ਕੈਮਰਾਮੈਨ ਮੇਰੀ ਪੂਰੀ ਟੀਮ ਕੋ ਰੂਹਾਨੀ ਸਕੂਨ ਮਿਲਦਾ ਪਿਆ ਬਹੁਤ ਅੱਛਾ ਲੱਗਦਾ ਪਿਆ ਤੇ ਇਹਦੇ ਨਾਲ ਜਿਹੜੇ ਇਹ ਲੈ ਅਸੀਂ ਤਾਂ ਬਾਤ ਹੈ ਅਸੀਂ ਇਨਾਂ ਦੀ ਇਹ ਤਾਂ ਸਾਰੇ ਆਸਪਾਸ ਦਮਦਰੂਦ ਉਹ ਇਥੇ ਕੋਣੋ ਭਜੇਂਦੇ ਰਹੰਦੇ ਹਣ ਵੀ ਬਹੁਤ ਸਾਰੇ ਜਿਹੜੇ ਸਾਰੇ ਭਰਾ ਹੋ ਤੁਸੀਂ ਜਿਹੜੇ ਮੁਸਲਮਾਨ ਉਨਾ ਹੀ ਮਤਲਬ ਇਨਸ਼ਾ ਅੱਲਾ ਇਨਕੂ ਉਹ ਯਾਦ ਰੱਖੇ ਪਿਆਸੋ ਜੇ ਇੱਕ ਪੁਰਾਣੀ ਦਰਬਾਰ ਹੈ ਤੇ ਪੁਰਾਣੀ ਹੋਣ ਦੀ ਨਿਸ਼ਬਤ ਨਾਲ ਇਹ ਇੱਥਾ ਮਤਲਬ ਹਾਲੇ ਤੱਕ ਇਹਨਾਂ ਦਾ ਫੈਸ ਜਾਰੀ ਹੈ ਤੇ ਇੱਥਾ ਕਾਇਮਾ ਜਾਰੀ ਹੈ ਅਸੀਂ ਅੱਲਾ ਯਾਦ ਹੈ ਜੇ ਤੂੰ ਮੇਰਾ ਜ਼ਿਕਰ ਕਰੋ ਮੈਂ ਤੇਰਾ ਜ਼ਿਕਰ ਬੁਲੰਦ ਕਰਾਂਗਾ ਹਮ ਜ਼ਿੰਦਾ ਹੈ ਕੋਈ ਜਾਣਤਾ ਨਹੀਂ ਔਰ ਇਹ ਨਹੀਂ ਹੈ ਫਿਰ ਵੀ ਲੋਕ ਜਾਣਤੇ ਬਹੁਤ ਮਿਹਰਬਾਨੀ ਸ਼ੁਕਰੀਆ ਜ਼ਿੰਦਾਬਾਦ ਇਹਦੇ ਨਾਲ ਆਪਣੇ ਕੈਮਰਾਮੈਨ ਸਾਰੇ ਅਫਾਨ ਬਲੋਚ ਤੇ ਲਿਆਕਤ ਬਲੋਚ ਕੋ ਇਜਾਜ਼ਤ ਦੇਸੋ ਅੱਲਾ